SSP ਪਰਮਪਾਲ ਸਿੰਘ ਜੋ ਅੰਮ੍ਰਿਤਸਰ ਦਿਹਾਤੀ ਦੇ ਨੇ, ਇਹਨਾਂ ਤੋਂ ਪੁੱਛਦੇ ਹਾਂ ਕਿੱਦਾਂ ਕੇਸ ਹੱਲ ਕੀਤਾ। ਦਿਨ ਰਾਤ ਮਿਹਨਤ ਕੀਤੀ, ਇਕੱਲੀ ਇਕੱਲੀ ਕੜੀ ਜੋੜੀ ਹੈ। ਪਹਿਲੀ ਘਟਨਾ ਕਿ ਉਸ ਏਰੀਏ ਦੇ ਨੌਜਵਾਨਾਂ ਨੇ ਐਡਾ ਵੱਡਾ ਕਾਂਡ ਕੀਤਾ ਹੋਵੇ, ਅਕਸਰ ਅਜਿਹਾ ਨਹੀਂ ਹੁੰਦਾ। ਉਹਨਾਂ ਦੇ ਫਿਰ ਮਨ 'ਚ ਕੀ ਸੀ? ਯੂਥ ਨੂੰ ਭੜਕਾਉਣਾ ਸਾਰਿਆਂ ਨੂੰ ਇਹ ਸੀ ਕੰਮ। SSP ਪਰਮਪਾਲ ਸਿੰਘ ਜੋ ਅੰਮ੍ਰਿਤਸਰ ਦਿਹਾਤੀ ਦੇ ਨੇ, ਇਹਨਾਂ ਤੋਂ ਪੁੱਛਦੇ ਹਾਂ ਕਿੱਦਾਂ ਕੇਸ ਹੱਲ ਕੀਤਾ। ਸਰ, ਕਿੱਦਾਂ ਮਿਹਨਤ ਕਰੀ ਅਤੇ ਕਿੱਦਾਂ ਕੇਸ ਹੱਲ ਕੀਤਾ, ਜਿਹੜੇ ਦੋ ਮੁੰਡੇ ਫੜਿਆ ਤੁਸੀਂ? ਦੇਖੋ, ਸਾਡੇ 'ਤੇ ਜਦੋਂ ਇੱਦਾਂ ਦਾ ਇੰਸੀਡੈਂਟ ਹੁੰਦਾ, ਪੁਲਿਸ 'ਤੇ ਬਹੁਤ ਪ੍ਰੈਸ਼ਰ ਹੁੰਦਾ ਕਿਉਂਕਿ ਲੋਕ ਇਨਸਿਕਿਓਰ ਫੀਲ ਕਰਦੇ। ਅਸੀਂ ਉੱਥੇ ਦਿਨ ਰਾਤ ਮਿਹਨਤ ਕੀਤੀ, ਇਕੱਲੀ ਇਕੱਲੀ ਕੜੀ ਜੋੜੀ ਹੈ। ਆਉਣ ਵਾਲੇ ਦੇ 15 ਪਿੰਡਾਂ ਦੇ ਸਾਰੇ ਕ੍ਰਿਮੀਨਲ ਰੈਡੀਕਲ, ਜਿਹੜਾ ਵੀ ਬੰਦਾ ਇਸ 'ਚ ਇਨਵੋਲਵ ਹੋ ਸਕਦਾ, ਜਿਹੜਾ ਕਿ ਸਾਨੂੰ ਸ਼ੱਕ ਹੋਇਆ, ਹੌਲੀ ਹੌਲੀ ਸਾਰਿਆਂ ਦੀ ਅਸੀਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਹੈ ਅਤੇ ਪੁੱਛਗਿੱਛ ਤੋਂ ਹੌਲੀ ਹੌਲੀ ਉਹਨਾਂ ਦੇ ਕਰੀਬ ਪਹੁੰਚਦੇ ਗਏ। ਜਿਹੜੇ ਘਰੋਂ ਮਿਸਿੰਗ ਹੈ, ਕਿਉਂ ਮਿਸਿੰਗ ਹੈ, ਫੋਨ ਕਿੱਥੇ ਨੇ, ਉਹ ਕੜੀਆਂ ਨੂੰ ਜੋੜਦੇ ਜੋੜਦੇ ਅਸੀਂ ਪਹਿਲਾਂ ਵਿਕਰਮਜੀਤ ਤੱਕ ਪਹੁੰਚੇ। ਵਿਕਰਮਜੀਤ ਨੂੰ ਕਰਨ ਤੋਂ ਬਾਅਦ ਸਾਡੇ ਕੋਲ CC ਫੁਟੇਜ ਆਈ, ਅਸੀਂ ਉਹਨਾਂ ਸਾਰਿਆਂ ਨੂੰ ਕਲੱਬਿਟ ਕਰਕੇ ਉਹਦੀ ਪੁੱਛਗਿੱਛ 'ਚ, ਫਿਰ ਜਦੋਂ ਉਹਨੇ ਗੱਲ ਕਲੀਅਰ ਕਰਤੀ, ਮੋਟਰਸਾਈਕਲ ਰਿਕਵਰ ਹੋ ਗਿਆ, ਫਿਰ ਅਸੀਂ ਅਵਤਾਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਅਵਤਾਰ ਦੀਆਂ ਰਿਸ਼ਤੇਦਾਰੀਆਂ ਸਾਰੀਆਂ ਲੋਪੋ ਕੇ ਦੇ ਨੇੜੇ ਤੇੜੇ ਨੇ। ਉਹ ਦੋ ਤਿੰਨ ਦਿਨ ਕਾਫੀ, ਕੋਈ ਇੱਧਰ ਕੋਈ ਉੱਧਰ, ਪਰ ਅਸੀਂ ਸਾਰਾ ਏਰੀਆ ਘੇਰਿਆ ਹੋਇਆ ਸੀਗਾ, ਤੋਂ ਬਾਹਰ ਨਿਕਲ ਨਹੀਂ ਸੀ ਸਕਦਾ। ਪਹਿਲੀ ਘਟਨਾ ਕਿ ਉਸ ਏਰੀਏ ਦੇ ਨੌਜਵਾਨਾਂ ਨੇ ਐਡਾ ਵੱਡਾ ਕਾਂਡ ਕੀਤਾ ਹੋਵੇ, ਅਕਸਰ ਅਜਿਹਾ ਨਹੀਂ ਹੁੰਦਾ। ਉਹਨਾਂ ਦੇ ਫਿਰ ਮਨ 'ਚ ਕੀ ਸੀ ਕਿ, ਕਿਉਂਕਿ ਫੜੇ ਤਾਂ ਜਾਣੇ ਸੀ? ਦੇਖੋ, ਫੜੇ ਉਹਨਾਂ ਦੇ ਮਨ ਦੇ ਵਿੱਚ ਇੱਕ, ਜਿਹਨੂੰ ਕਹਿੰਦੇ ਨਾ ਵੀ ਜਿਹੜੇ ਆ ਜਵੇਦ ਦਾ ਨਾਂ ਲਿਆ, ਇਹ ਇੱਦਾਂ ਭਰ ਦਿੰਦੇ ਆ ਦਿਮਾਗ 'ਚ, ਤੁਸੀਂ ਇੱਦਾਂ ਸ਼ਾਂਤੀ ਕਰੋ, ਤੁਹਾਨੂੰ ਬਹੁਤ ਵੱਡਾ ਸਕੂਨ ਮਿਲੂਗਾ, ਹੈ ਨਾ। ਤਾਂ ਯੂਥ ਨੂੰ ਭੜਕਾਉਣਾ ਸਾਰਿਆਂ ਨੂੰ ਇਜ਼ੀ ਕੰਮ ਹੈ। ਇਹਨਾਂ ਤੋਂ ਹੋਰ ਕੋਈ ਬੰਦਿਆਂ ਦੀ ਸੰਭਾਵਨਾ ਫੜੇ ਜਾਣ ਦੀ ਕੁਛ ਮੰਨਿਆ ਹੋਵੇ? ਫੜਾਂਗੇ, ਜਵੇਦ ਦਾ ਸਾਰਾ ਲਿੰਕ ਪਤਾ ਕਰਾਂਗੇ, ਪਰਮਜੀਤ ਬਾਬੇ ਨੂੰ ਫੜਾਂਗੇ, ਸਾਰਾ ਕੁਛ ਕਰਾਂਗੇ। ਇਹ ਸਨ SSP ਪਰਮਪਾਲ ਸਿੰਘ, ਜਿਨ੍ਹਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਕਿਵੇਂ ਗ੍ਰਿਫਤਾਰ ਕੀਤਾ। ਅਵਤਾਰ ਸਿੰਘ ਅਤੇ ਵਿਕਰਮਜੀਤ ਨੂੰ, ਇਹਨਾਂ ਦਾ ਕਹਿਣਾ ਕਿ ਪਹਿਲਾਂ ਵਿਕਰਮਜੀਤ ਸਿੰਘ ਪੁਲਿਸ ਦੇ ਹੱਥ ਆਇਆ, ਉਸ ਤੋਂ ਬਾਅਦ ਅਵਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਕੈਮਰਾਮੈਨ ਕੁਲਜਿੰਦਰ ਸੂਰ ਦੇ ਨਾਲ ਦਰਸ਼ਨ ਸਿੰਘ ਕੁੱਕਰ, ਚੰਡੀਗੜ੍ਹ।